अज तुहाडी मुलाकात मिस्टर एंड मिसिज संघा दे नाल करवाण जा रहे हैं। सोशल मीडिया ते तुसी इन्हां नूं बहुत देखा होगा, बहुत सोहणियां, बहुत सिंपल ते बहुत ही डाउन टू अर्थ वीडियोज़ बनाउंदे आ, बहुत सोहणा कंटेंट हुंदा। असीं ज़्यादातर कोशिश यही करी दी भावें ही हसबैंड वाइफ हाँ भी दूर दूर ही रहीए, मतलब भी इदा की कोई वीडियो नहीं बना जी सानू चंगी ना लगे जां असीं फैमिली च बह के ना देख सकी, इदा की वीडियो असीं बनाउंदे ही नहीं। ज़्यादातर सानू यह भी आ माण आ साडे फॉलोअर्स जिन्ने सारे ही बहुत वधिया ते समझदार आ, सानू अज ताईं कोई बैड कमेंट नहीं किया। जे कोई टामा जिहा होवे तां असीं बाली गल नहीं सुनी दी, अगले नूं ब्लॉक मारी दा भरावा नहीं। अच्छा ये दसो भी तुहाडा लव मैरिज है कि अरेंज आ? जी साडी हैगी तो लव मैरिज ही आ जी। हाँ जी, तो पहला तुहानू पता आ जदों लव मैरिज होवे तो तुहानू पता दोनों साइडां तो कई वेले घर वाले नहीं मानते, पर हौली हौली जदों साडे बेटा होया इन्हां दे घर वाले आउण जाण लग पिया तो हुण असीं मतलब एक दूजे नाल बोलदे चलदे आ, हुण अरेंज वाला ही हिसाब हो गया किसम दा जी। ਕਿਹੜਾ ਸੀ ਤਿੰਨਾਂ ਦੇ ਵਿੱਚੋਂ ਜਿਹੜਾ ਚਾਹੁੰਦਾ ਸੀਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਬਣਾਈਏ, ਇੱਦਾਂ ਕਿਹਦੇ ਵਿੱਚ ਕੀੜਾ ਸੀਗਾ ਐਕਟਿੰਗ ਦਾ? ਕੀੜਾ ਸਾਡੇ ਤਿੰਨਾਂ 'ਚ ਹੀ ਆ। ਤੁਸੀਂ ਦੱਸੋ, ਤੁਸੀਂ ਖੇਤੀ ਕਰਦੇ ਹੋ, ਜੱਟ ਜ਼ਿਮੀਂਦਾਰ ਹੈ ਨਾ, ਜਿਹੜੇ ਬੰਦੇ ਹੁੰਦੇ ਆ ਜਿਹੜੇ ਖੇਤਾਂ ਨਾਲ ਜਿਨ੍ਹਾਂ ਦਾ ਪਿਆਰ ਹੁੰਦਾ ਉਹਨਾਂ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਕਰਨ ਨੂੰ, ਅਤੇ ਤੁਸੀਂ ਸਾਰਾ ਟਾਈਮ ਜਿਹੜਾ ਹੈਗਾ ਵੀਡੀਓਜ਼ ਬਣਾਉਂਦੇ ਆ, ਮੱਝਾਂ ਦੇ ਆਲੇ ਦੁਆਲੇ ਸਾਰੀਆਂ ਵੀਡੀਓਜ਼ ਬਣ ਜਾਂਦੀਆਂ। ਤੁਹਾਨੂੰ ਪਤਾ ਵੀ ਇੱਕ ਆਦਮੀ ਨੂੰ ਕੰਟਰੋਲ ਉਹਦੇ ਘਰ ਵਾਲੀ ਕਰਦੀ ਆ ਜੀ, ਹੈ ਨਾ। ਤਾਂ ਸਾਡੀ ਇੱਕ ਵੀਡੀਓ ਨੂੰ 5 ਮਿਲੀਅਨ ਵਿਊ ਆਏ, ਫਿਰ ਗਾਂਹ ਗਾਂਹ ਸਾਨੂੰ ਹੋਰ ਇੱਦਾਂ ਲੋਕਾਂ ਦਾ ਪਿਆਰ ਮਿਲਿਆ ਅਤੇ ਅਸੀਂ ਗਾਂਹ ਤੋਂ ਗਾਂਹ ਵੀਡੀਓ ਬਣਾਉਣ ਲੱਗ ਪਏ। ਇਹ ਮੈਨੂੰ ਜਦੋਂ ਵੀ ਪਿਆਰ ਨਾਲ ਕਦੇ ਵੀ ਇਹਨਾਂ ਨੇ ਬੁਲਾਉਣਾ, ਇਹਨੇ ਕਹਿਣਾ ਦਿਓਲ ਸਾਹਿਬ ਗੱਲ ਸੁਣਿਓ, ਅਤੇ ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਸਾਡਾ ਸੰਘਾ ਸਾਹਿਬ। ਹਾਂਜੀ ਹਾਂਜੀ, ਤੁਹਾਨੂੰ ਪਤਾ ਅੱਜ ਸੌਣ ਦਾ ਮਹੀਨਾ ਚੜਿਆ ਆ? ਕਾਹਦਾ ਸੌਣ ਦਾ ਮਹੀਨਾ? ਉਹ ਸ਼ੁਕਰ ਆ ਭਰਾਵਾ, ਉਹ ਸ਼ੁਕਰ ਆ। ਉਹ ਸੰਘਾ ਸਾਹਿਬ ਕੀ ਹੋ ਗਿਆ? ਆਪੇ ਤਾਂ ਕਹੀ ਜਾਂਦੀ ਆ ਸੌਣ ਦਾ ਮਹੀਨਾ ਚੜਿਆ, ਹੁਣ ਮਹੀਨਾ ਮੈਨੂੰ ਬੁਲਾਈ ਨਾ। ਬੱਚਿਆਂ 'ਚ ਕਈ ਬੱਚੇ ਇੱਦਾਂ ਦੇ ਹੁੰਦੇ, ਬਹੁਤ ਸ਼ਾਏ ਨੇਚਰ ਦੇ ਹੁੰਦੇ ਆ, ਅਤੇ ਤੁਹਾਨੂੰ ਜਦੋਂ ਤੁਸੀਂ ਵੀਡੀਓ ਬਣਾਉਂਦੇ ਕਦੇ ਸੰਗ ਲੱਗੀ ਜਿੱਦਾਂ ਕੋਈ 4 ਜਣੇ ਖੜੇ ਹੋ ਕੇ ਦੇਖਦੇ ਨੇ? ਨਹੀਂ ਨਹੀਂ, ਕਦੇ ਵੀ ਨਹੀਂ ਸੰਗ ਲੱਗੀ ਮੈਨੂੰ। ਪ੍ਰਿਆ ਅੱਗੇ ਦੇਖਦੇ ਹੋ ਫਿਊਚਰ ਕਿ ਕਿਸੇ ਵੱਡੀ ਫਿਲਮ ਦੇ ਵਿੱਚ ਰੋਲ ਮਿਲੂਗਾ? ਹਾਂਜੀ ਬਟ ਹਾਂਜੀ ਹਾਂਜੀ। ਕਿਹਦੇ ਨਾਲ ਕੰਮ ਕਰਨਾ ਚਾਹੁੰਦੇ? ਸਲਮਾਨ ਖਾਨ ਦਾ। ਅੱਛਾ, ਬੋਲੀਵੁੱਡ 'ਚ ਨਹੀਂ ਕਰਨਾ ਸਿੱਧਾ, ਬੋਲੀਵੁੱਡ 'ਚ ਕਰਨਾ? ਬੋਲੀਵੁੱਡ 'ਚ ਨਹੀਂ ਹੈਗਾ ਕਿਸੇ ਦਾ ਇੰਟਰਸਟ? ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਤੁਹਾਡੀ ਮੁਲਾਕਾਤ ਮਿਸਟਰ ਐਂਡ ਮਿਸਿਜ਼ ਸੰਘਾ ਦੇ ਨਾਲ ਕਰਵਾਉਣ ਜਾ ਰਹੇ ਹਾਂ। ਸੋਸ਼ਲ ਮੀਡੀਆ 'ਤੇ ਤੁਸੀਂ ਇਹਨਾਂ ਨੂੰ ਬਹੁਤ ਦੇਖਿਆ ਹੋਊਗਾ, ਬਹੁਤ ਸੋਹਣੀਆਂ, ਬਹੁਤ ਸਿੰਪਲ ਅਤੇ ਬਹੁਤ ਹੀ ਡਾਊਨ ਟੂ ਅਰਥ ਵੀਡੀਓਜ਼ ਬਣਾਉਂਦੇ ਆ, ਬਹੁਤ ਸੋਹਣਾ ਕੰਟੈਂਟ ਹੁੰਦਾ ਅਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਪਿਆਰ ਵੀ ਦੇ ਰਹੇ ਨੇ। ਸਾਡੇ ਨਾਲ ਮੌਜੂਦ ਹੈ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਅਤੇ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਜੀ ਸਾਰੇ, ਸਾਡੇ ਵੱਲੋਂ ਤੁਹਾਡਾ ਵੀ ਇੱਥੇ ਆਉਣ ਅਤੇ ਸਾਡੇ ਪਿੰਡ ਅਦੀਪ ਚੈਨਲ ਵਾਲਿਆਂ ਦਾ ਅਤੇ ਸਾਰੇ ਫੋਲੋਵਰਸ ਜੋ ਸਾਨੂੰ ਪਿਆਰ ਕਰਦੇ ਅਸੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਜੀ। ਮੈਮ ਸਭ ਤੋਂ ਪਹਿਲਾਂ ਇਹ ਦੱਸੋ ਕਿ ਵਿਆਹ ਨੂੰ ਕਿੰਨੇ ਸਾਲ ਹੋ ਗਿਆ? ਵਿਆਹ ਨੂੰ ਸਾਡੇ ਜੀ 16 ਸਾਲ ਹੋ ਗਏ ਆ, 2006 ਦੇ ਵਿੱਚ ਸਾਡੀ ਮੈਰਿਜ ਹੋਈ ਸੀ। ਅੱਛਾ, ਅਤੇ ਮੈਂ ਇੱਥੇ ਇਹ ਵੀ ਦੱਸ ਦਿੰਦੀ ਹਾਂ ਕਿ ਜਿਹੜਾ ਛੋਟਾ ਜਿਹਾ ਮੁੰਡਾ ਵੀਡੀਓਜ਼ ਵਿੱਚ ਦੇਖਦੇ ਉਹ ਇਹਨਾਂ ਦਾ ਬੇਟਾ ਆ ਅਤੇ 14 ਸਾਲਾਂ ਦਾ ਆ, ਅਤੇ ਮੈਂ ਜਦੋਂ ਤੁਹਾਡੀ ਪਹਿਲੀ ਵਾਰ ਵੀਡੀਓਜ਼ ਦੇਖੀ ਸੀ ਤਾਂ ਮੈਨੂੰ ਇੱਦਾਂ ਲੱਗਾ ਸੀ ਨਿਊਲੀ ਮੈਰਿਡ ਹੋ ਤੁਸੀਂ, ਇਹ ਨਵਾਂ ਵਿਆਹ ਹੋਇਆ। ਨਹੀਂ ਮੈਡਮ ਜੀ, ਸਾਡੇ ਵਿਆਹ ਨੂੰ ਘੱਟੋ ਘੱਟ 16 ਸਾਲ ਹੋ ਗਏ, ਅਤੇ ਜ਼ਿਆਦਾਤਰ ਸਾਨੂੰ ਲੋਕ ਇਹੀ ਕਹਿੰਦੇ ਆ ਵੀ ਤੁਹਾਡਾ ਹਜੇ 2-4 ਸਾਲ ਹੀ ਵਿਆਹ ਨੂੰ ਹੋਏ ਆ, ਮਤਲਬ ਸਾਰਿਆਂ ਲੋਕਾਂ ਨੂੰ ਇੱਦਾਂ ਦਾ ਭੁਲੇਖਾ ਲੱਗ ਜਾਂਦਾ ਸਾਨੂੰ ਦੇਖ ਕੇ ਜੀ। ਅੱਛਾ ਇਹ ਦੱਸੋ ਵੀ ਤੁਹਾਡਾ ਲਵ ਮੈਰਿਜ ਹੈ ਕਿ ਅਰੇਂਜ ਆ? ਜੀ ਸਾਡੀ ਹੈਗੀ ਤਾਂ ਲਵ ਮੈਰਿਜ ਹੀ ਆ ਜੀ। ਹਾਂਜੀ, ਅਤੇ ਪਹਿਲਾਂ ਤੁਹਾਨੂੰ ਪਤਾ ਆ ਜਦੋਂ ਲਵ ਮੈਰਿਜ ਹੋਵੇ ਤਾਂ ਤੁਹਾਨੂੰ ਪਤਾ ਦੋਨਾਂ ਸਾਈਡਾਂ ਤੋਂ ਕਈ ਵੇਲੇ ਘਰ ਵਾਲੇ ਨਹੀਂ ਮੰਨਦੇ, ਪਰ ਹੌਲੀ ਹੌਲੀ ਜਦੋਂ ਸਾਡੇ ਬੇਟਾ ਹੋਇਆ ਇਹਨਾਂ ਦੇ ਘਰ ਵਾਲੇ ਆਉਣ ਜਾਣ ਲੱਗ ਪਏ ਤਾਂ ਹੁਣ ਅਸੀਂ ਮਤਲਬ ਇੱਕ ਦੂਜੇ ਨਾਲ ਬੋਲਦੇ ਚੱਲਦੇ ਹਾਂ, ਹੁਣ ਅਰੇਂਜ ਵਾਲਾ ਹੀ ਹਿਸਾਬ ਹੋ ਗਿਆ ਕਿਸਮ ਦਾ ਜੀ। ਹਾਂਜੀ, ਹੁਣ ਤਾਂ ਹੀ ਕਹਿੰਦੇ ਵੀ ਲਵ ਲਾ ਲਓ, ਹੈ ਨਾ? ਉਹੋ ਹੀ ਗੱਲ ਆ ਜੀ। ਹਾਂਜੀ। ਅੱਛਾ, ਵੀਡੀਓਜ਼ ਪਹਿਲਾਂ ਵੀ ਬਣਾਉਂਦੇ ਸੀਗੇ ਵਿਆਹ ਤੋਂ ਪਹਿਲਾਂ? ਨਹੀਂ, ਵਿਆਹ ਤੋਂ ਪਹਿਲਾਂ ਨਹੀਂ ਜੀ, ਅਸੀਂ ਵੀਡੀਓ ਪਹਿਲਾਂ ਜਦੋਂ ਲੋਕਡਾਊਨ ਤੋਂ 1 ਸਾਲ ਪਹਿਲਾਂ ਟਿਕਟੋਕ 'ਤੇ ਬਣਾਉਂਦੇ ਸੀ, ਉੱਥੇ ਸਾਡੇ ਜਿੱਦਾਂ 30,000 ਫੋਲੋਵਰਸ ਹੋਏ ਸੀਗੇ, ਟਿਕਟੋਕ ਬੰਦ ਹੋਣ ਦੇ ਕਰਕੇ ਫਿਰ ਜਿੱਦਾਂ ਅਸੀਂ ਵਿਹਲੇ ਸੀਗੇ, ਜਿੱਦਾਂ ਮਤਲਬ ਖੂਹ 'ਤੇ ਟਾਈਮ ਪਾਸ ਕਰ ਲਿਆ ਹੈ ਨਹੀਂ ਸੀ ਕੋਈ, ਚਲੋ ਅਸੀਂ ਸੋਚਿਆ ਵੀ ਚਲੋ ਹੁਣ ਵੀਡੀਓ ਬਣਾਉਣਾ ਸ਼ੁਰੂ ਕਰੀਏ,
ਫਿਰ ਥੋੜ੍ਹੀਆਂ ਅਸੀਂ ਵੀਡੀਓ ਬਣਾਈਆਂ, ਮੇਰੇ ਬੇਟੇ ਨੇ ਅਤੇ ਵਾਈਫ ਨੇ ਇੱਕ ਵੀਡੀਓ ਬਣਾਈ, ਹੌਲੀ ਹੌਲੀ ਉਹ ਥੋੜ੍ਹੀ ਜਿਹੀ ਫੇਮਸ ਹੋਈ, ਫਿਰ ਅਸੀਂ ਵੀ ਇੱਕ ਵੀਡੀਓ ਹੋਰ ਬਣਾਉਣ ਲੱਗ ਪਏ, ਉਤਸ਼ਾਹਿਤ ਹੋਏ ਅਤੇ ਸਾਡੀ ਇੱਕ ਵੀਡੀਓ ਨੂੰ 5 ਮਿਲੀਅਨ ਵਿਊ ਆਏ, ਫਿਰ ਗਾਂਹ ਗਾਂਹ ਸਾਨੂੰ ਹੋਰ ਇੱਦਾਂ ਲੋਕਾਂ ਦਾ ਪਿਆਰ ਮਿਲਿਆ ਅਤੇ ਅਸੀਂ ਗਾਂਹ ਤੋਂ ਗਾਂਹ ਵੀਡੀਓ ਬਣਾਉਣ ਲੱਗ ਪਏ। ਅੱਛਾ ਮੈਮ, ਸਭ ਤੋਂ ਪਹਿਲਾਂ ਕਿਹੜਾ ਸੀ ਤਿੰਨਾਂ ਦੇ ਵਿੱਚੋਂ ਜਿਹੜਾ ਚਾਹੁੰਦਾ ਸੀਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਬਣਾਈਏ? ਇੱਦਾਂ ਕਿਹਦੇ ਵਿੱਚ ਕੀੜਾ ਸੀਗਾ ਐਕਟਿੰਗ ਦਾ? ਕੀੜਾ ਸਾਡੇ ਤਿੰਨਾਂ 'ਚ ਹੀ ਆ, ਇਹ ਨਹੀਂ ਗੱਲ ਹੈਗੀ। ਜਿੱਦਾਂ ਇਹਨਾਂ ਨੂੰ ਵੀ ਬਹੁਤ ਸ਼ੌਂਕ ਆ, ਜਿੱਦਾਂ ਕਿ ਉਹਨੂੰ ਮੇਰੇ ਬੇਟੇ ਨੂੰ ਵੀ ਬਹੁਤ ਸ਼ੌਂਕ ਆ ਜਿੱਦਾਂ ਵੀਡੀਓਜ਼ ਬਣਾਉਣ ਦਾ। ਚਲੋ ਮੈਂ ਤਾਂ ਹੈਗੀ ਹਾਂ, ਮੈਨੂੰ ਤਾਂ ਆਪ ਨੂੰ ਖੁਦ ਨੂੰ ਬਹੁਤ ਸ਼ੌਂਕ ਆ। ਜਿੱਦਾਂ ਮੈਂ ਸ਼ੁਰੂ ਤੋਂ ਹੀ ਆਪਣੇ ਕਾਲਜ ਦੇ ਵਿੱਚ ਜਿੱਥੇ ਪੜ੍ਹੀ ਹਾਂ, ਮੈਨੂੰ ਮਤਲਬ ਪਹਿਲਾਂ ਤੋਂ ਹੀ ਸਿੰਗਿੰਗ ਦੇ ਵਿੱਚ ਜਿੱਦਾਂ ਇੱਦਾਂ ਦੀਆਂ ਕੰਮਾਂ ਦੇ ਵਿੱਚ ਸੀਗਾ, ਹੈ ਨਾ। ਅਤੇ ਇਹਨਾਂ ਨੂੰ ਜਿੱਦਾਂ ਸੀਗਾ, ਇਹ ਵੀ ਇਹਨਾਂ ਨੂੰ ਵੀ ਬਹੁਤ ਸ਼ੌਂਕ ਸੀਗਾ ਇੱਦਾਂ ਦਾ ਵੀ ਜਿੱਦਾਂ ਕੋਈ ਨਾਮ ਹੋਵੇ ਸਾਡਾ, ਵੀ ਸਾਨੂੰ ਵੀ ਕੋਈ ਜਾਣੇ, ਕਿਸੇ ਤਰ੍ਹਾਂ ਵੀ ਕੋਈ ਜਾਣੇ, ਕੋਈ ਖਿਡਾਰੀ ਦੇ ਕੰਮ 'ਚ ਜਾਣਦਾ, ਕੋਈ ਕਿਸੇ ਤਰ੍ਹਾਂ ਜਾਣਦਾ। ਚਲੋ ਅਸੀਂ ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਆ ਕੇ ਜਾਣਨ, ਸਾਨੂੰ ਵੀ ਕੋਈ ਜਾਣਨ ਲੱਗਾ। ਦੁਨੀਆ 'ਤੇ ਮੁੜ ਕੇ ਥੋੜ੍ਹੀ ਆਉਣਾ ਹੈ ਕਿਸੇ ਨੇ, ਜੋ ਕਰਨਾ ਕਰ ਲੈਣਾ ਚਾਹੀਦਾ, ਹੈ ਨਾ। ਅਤੇ ਗੱਲ ਤੋੜਦਾ ਕੌਣ ਹੈ ਪਹਿਲਾਂ ਵੀਡੀਓ ਦੀ ਕਿ ਵੀਡੀਓ ਬਣਾਉਂਦੇ ਹਾਂ? ਇਹ ਹੁਣ ਤੁਸੀਂ ਇਹਨਾਂ ਨੂੰ ਪੁੱਛੋ। ਮੈਡਮ, ਵੀਡੀਓ ਦਾ ਇਹ ਚੱਕਰ ਹੁੰਦਾ, ਇਹਨਾਂ ਦਾ ਪਾਰਲਰ ਵਾ, ਜਿੱਦਾਂ ਮੇਰਾ ਖੂਹ 'ਤੇ ਖੇਤੀ ਦਾ ਕੰਮ ਆ, ਜਦੋਂ ਅਸੀਂ ਖੇਤੀ ਦਾ ਕੰਮ ਹੁੰਦਾ ਸਾਡੇ ਕੋਲ ਉਨਾ ਕੁ ਟਾਈਮ ਹੀ ਹੁੰਦਾ, ਮਤਲਬ ਮੇਰਾ ਕੰਮ ਕਈ ਵੇਲੇ ਰਹਿ ਜਾਂਦਾ, ਪਰ ਇਹਨਾਂ ਨੂੰ ਹੁੰਦਾ ਵੀ ਕਿਹੜੀ ਘਰੇ ਵੀਡੀਓ ਬਣਾ ਲਈਏ, ਹੁਣ ਮੈਂ ਅੱਜ ਆਏ ਹਾਂ, ਸੰਡੇ ਆ, ਫਰੀ ਆ, ਕੰਮ ਤੋਂ ਛੁੱਟੀ ਆ ਇਹਨਾਂ ਨੂੰ, ਕਿਉਂਕਿ ਇਹਨਾਂ ਦਾ ਕੰਮ ਹੈਗਾ ਜਦੋਂ ਮਰਜ਼ੀ ਸ਼ਟਰ ਸਿੱਟੋ ਪਾਰਲਰ, ਮਤਲਬ ਘਰ ਦਾ ਕੰਮ। ਮੇਰਾ ਜਿਹੜਾ ਖੇਤੀ ਦਾ ਕੰਮ ਪਸ਼ੂਆਂ ਦਾ, ਉਸ ਮੈਨੂੰ ਜਾਣਾ ਹੀ ਪੈਣਾ, ਮੈਨੂੰ ਘੱਟੋ ਘੱਟ 10-15 ਸਾਲ ਹੋ ਗਏ, ਮੈਂ ਕਿਤੇ ਅੱਜ ਤਾਈਂ ਰਾਤ ਨਹੀਂ ਰਿਹਾ। ਮਤਲਬ ਜ਼ਿਆਦਾ ਸ਼ੌਂਕ ਵੀਡੀਓ ਬਣਾਉਣ ਦਾ ਇਹਨੂੰ ਹੀ ਹੁੰਦਾ ਵੀ, ਕਿਉਂਕਿ ਆਪਾਂ ਕੋਈ ਨਾ ਕੋਈ ਹੁਣ ਖੂਹ 'ਤੇ ਆਏ ਤਾਂ ਮੌਕਾ ਆ ਵੀ 1-2 ਵੀਡੀਓ ਬਣਾ ਲਈਏ। ਅੱਛਾ, ਤੁਸੀਂ ਵੀਡੀਓਜ਼ ਮੰਮਾ ਪਾਪਾ ਨਾਲ ਸ਼ੁਰੂ ਕੀਤੀਆਂ, ਹੈ ਨਾ, ਪੜ੍ਹਦੇ ਹੋ, ਸਟੱਡੀ ਕਰਦੇ ਹੋ, ਕੋਲ ਜਦੋਂ ਸਕੂਲ ਜਾਂਦੇ ਹੋ, ਅਤੇ ਫਿਰ ਬੱਚੇ ਕਹਿੰਦੇ ਆ, ਜਦੋਂ ਫੇਮਸ ਹੋਈ ਸੀ ਪਹਿਲੀ ਰੀਲ ਤਾਂ ਲੋਕਾਂ ਨੇ ਕਿਹਾ ਸੀਗਾ ਵੀ ਵਧੀਆ ਯਾਰ, ਤੇਰੀ ਤਾਂ ਵਧੀਆ ਚੱਲ ਗਈ ਆ? ਹਾਂਜੀ ਹਾਂਜੀ, ਬਹੁਤ ਜਣਿਆਂ ਨੇ ਕਿਹਾ ਵੀ ਤੇਰੀ ਵੀਡੀਓ ਵਾਇਰਲ ਹੋ ਗਈ ਆ, ਹੋਰ ਵੀ ਬਣਾਇਆ ਕਰ। ਟੀਚਰਸ ਕਰਦੇ ਆ ਐਪਰੀਸ਼ੀਏਟ ਕਿ ਤੁਸੀਂ ਵਧੀਆ ਇੱਕ ਪਲੇਟਫਾਰਮ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਫੇਮ ਲੈਂਦੇ ਹੋ, ਅੱਗੇ ਤੁਹਾਡਾ ਫਿਊਚਰ ਸਿਕਿਓਰ ਹੋ ਜਾਂਦਾ, ਟੀਚਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਕਰਦੇ ਨੇ? ਆਲ ਟੀਚਰਸ ਨੂੰ ਪਤਾ ਵੀ ਅਸੀਂ ਵੀਡੀਓ ਬਣਾਉਂਦੇ ਹਾਂ, ਉਹ ਦੇਖਦੇ ਵੀ ਆ, ਕਹਿੰਦੇ ਵੀ ਹੁੰਦੇ ਵੀ ਵਧੀਆ ਬਣਾਉਂਦੇ ਤੁਸੀਂ, ਤੁਹਾਡੇ ਫੋਲੋਵਰ ਵੀ ਬਹੁਤ ਆ। ਅੱਗੇ ਫਿਰ ਇੱਦਾਂ ਦੇਖਦੇ ਹੋ ਆਪਣਾ ਜਿਹੜਾ ਹੈਗਾ ਫਿਊਚਰ ਹੈ, ਐਜ਼ ਏ ਐਕਟਰ ਹੀ ਦੇਖਦੇ ਹੋ? ਹਾਂਜੀ, ਹੀਰੋ ਬਣਨਾ ਫਿਰ ਮੁੰਡੇ ਨੇ ਜੀ। ਚਲੋ ਬਾਕੀ ਇਹਦੀ ਅੱਗੇ ਕਿਸਮਤ ਆ, ਅੱਗੇ ਇਹਦੇ ਕਰਮ ਆ, ਜੋ ਇਹਨੇ ਹੋਊਗਾ, ਜੋ ਵੀ ਪਰਮਾਤਮਾ ਨੇ ਸੋਚਿਆ ਹੋਊਗਾ ਉਹੀ ਹੋਣਾ ਆ। ਆਪਾਂ ਤਾਂ ਬਸ ਇੱਕ ਜ਼ਰੀਆ ਬਣਾ ਸਕਦੇ ਹਾਂ, ਬਾਕੀ ਜੋ ਇਹਨਾਂ ਦੇ ਕਰਮ, ਜੋ ਇਹਨਾਂ ਦੀ ਕਿਸਮਤ, ਉਹੀ ਆਉਣਾ। ਅੱਛਾ, ਜਦੋਂ ਵੀਡੀਓ ਬਣਾਉਂਦੇ ਸਟੱਡੀ ਤਾਂ ਨਹੀਂ ਪਿੱਛੇ ਰਹਿੰਦੀ? ਨਹੀਂ ਨਹੀਂ, ਸਟੱਡੀ ਵੀ ਨਾਲੋ ਨਾਲ। ਹੁਸ਼ਿਆਰ ਹੈ ਪੜ੍ਹਨ 'ਚ? ਹਾਂਜੀ, ਪੜ੍ਹਨ ਨੂੰ ਤਾਂ ਹੁਸ਼ਿਆਰ ਆ, ਸ਼ਰਾਰਤਾਂ ਨੂੰ ਵੀ ਨੰਬਰ ਰੱਖੇ ਆ। ਅੱਛਾ, ਤੁਸੀਂ ਦੱਸੋ, ਤੁਸੀਂ ਖੇਤੀ ਕਰਦੇ ਹੋ, ਜੱਟ ਜ਼ਿਮੀਂਦਾਰ, ਹੈ ਨਾ, ਜਿਹੜੇ ਬੰਦੇ ਹੁੰਦੇ ਆ ਜਿਹੜੇ ਖੇਤਾਂ ਨਾਲ ਜਿਨ੍ਹਾਂ ਦਾ ਪਿਆਰ ਹੁੰਦਾ, ਉਹਨਾਂ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਕਰਨ ਨੂੰ, ਅਤੇ ਤੁਸੀਂ ਸਾਰਾ ਟਾਈਮ ਜਿਹੜਾ ਹੈਗਾ ਵੀਡੀਓਜ਼ ਬਣਾਉਂਦੇ ਆ, ਮੱਝਾਂ ਦੇ ਆਲੇ ਦੁਆਲੇ ਸਾਰੀਆਂ ਵੀਡੀਓਜ਼ ਬਣ ਜਾਂਦੀਆਂ। ਤੁਹਾਨੂੰ ਪਤਾ ਵੀ ਇੱਕ ਆਦਮੀ ਨੂੰ ਕੰਟਰੋਲ ਉਹਦੇ ਘਰ ਵਾਲੀ ਕਰਦੀ ਆ ਜੀ, ਹੈ ਨਾ, ਅਤੇ ਜਦੋਂ ਹੁਣ ਆਪਾਂ ਖੂਹ 'ਤੇ ਕੰਮ ਹੋਵੇ ਜਾਂ ਹੋਰ ਕੰਮ ਕਰੀਏ ਨਾ ਕਰੀਏ, ਪਰ ਜਦੋਂ ਘਰ ਵਾਲੀ ਨਾਲ ਹੁੰਦੀ, ਉਹ ਜ਼ਰੂਰ ਕਹਿੰਦੀ ਆ ਵੀ ਵੀਡੀਓ ਬਣਾਉਣੀ, ਫਿਰ ਬਣਾਉਣੀ ਹੀ ਪੈਣੀ ਆ ਜੀ, ਫਿਰ ਟਾਈਮ ਕੱਢਣਾ ਹੀ ਪੈਂਦਾ। ਤੁਹਾਨੂੰ ਪਤਾ ਜਿੰਨਾ ਮਰਜ਼ੀ ਕੰਮ ਹੋਵੇ ਤਾਂ ਫਿਰ ਟਾਈਮ ਕੱਢ ਕੇ ਜ਼ਰੂਰ ਵੀਡੀਓ ਬਣਾਈਦਾ, ਕਿਉਂਕਿ ਸਾਨੂੰ ਆਪ ਨੂੰ ਵੀ ਸ਼ੌਂਕ ਆ, ਕਿਉਂਕਿ ਬਹੁਤ ਫੋਲੋਵਰਸ ਜਿਹੜੇ ਸਾਡੇ ਭਰਾ ਆ, ਭੈਣਾਂ ਆ, ਬਹੁਤ ਜ਼ਿਆਦਾ ਪਿਆਰ ਕਰਦੀਆਂ ਸਾਨੂੰ। ਬੜੀ, ਜਿੱਦਾਂ ਮੈਂ ਸਟਾਰਟਿੰਗ 'ਚ ਗੱਲ ਕੀਤੀ, ਬੜੀ ਸਿੰਪਲ ਵੀਡੀਓਜ਼ ਹੁੰਦੀਆਂ, ਜਿਵੇਂ ਹੁੰਦੇ ਉਵੇਂ ਬਣਾ ਲੈਂਦੇ ਹੋ, ਜੇ ਧਾਰਾਂ 'ਚ ਆਉਂਦੇ ਪਏ ਹੋ ਤਾਂ ਉੱਦਾਂ ਵੀਡੀਓ ਬਣ ਜਾਂਦੀ ਹੈ, ਜੇ ਇਹ ਕੰਮ ਕਰਦੇ ਪਏ ਤੁਸੀਂ ਉੱਧਰੋਂ ਹੋਏ ਨੇ ਸੰਘਾ ਸਾਹਿਬ, ਹੈ ਨਾ, ਇੱਦਾਂ ਸ਼ੁਰੂਆਤ ਹੁੰਦੀ ਹੈ। ਅਤੇ ਅੱਛਾ, ਮੈਨੂੰ ਪਹਿਲਾਂ ਇਹ ਦੱਸੋ ਵੀ ਘਰ ਵੀ ਸੰਘਾ ਸਾਹਿਬ ਹੀ ਕਹਿੰਦੇ ਹੋ? ਘਰ ਸੰਘਾ ਸਾਹਿਬ ਵੀ ਕਹਿ ਦੀਦਾ ਹੈ, ਸੰਘਾ ਸਾਹਿਬ ਜਿੱਦਾਂ ਹਾਸੇ ਮਖੌਲ 'ਚ ਕਹੀਦਾ, ਉੱਦਾਂ ਤਾਂ ਮੈਂ ਇਹਨਾਂ ਦਾ ਨਾਂ ਹੀ ਲੈਂਦੀ ਹੁੰਦੀ ਵੈਸੇ। ਸੰਘਾ ਸਾਡਾ ਗੋਤ ਆ ਜੀ, ਜਿੱਦਾਂ ਇਸ ਕਰਕੇ ਸੰਘਾ ਸਾਹਿਬ ਸਾਡਾ ਗੋਤ ਦਾ ਕਰਕੇ ਸਾਨੂੰ, ਜਿੱਦਾਂ ਆਪਾਂ ਕਿਸੇ ਨੂੰ ਪਿਆਰ ਨਾਲ ਕੋਈ ਛੋਟਾ ਨਾਮ ਲੈ ਲਈਏ ਅਤੇ ਸੰਘਾ ਸਾਹਿਬ, ਉਹ ਇੱਕ ਵੀਡੀਓ ਚੱਲ ਗਈ ਤਾਂ ਫਿਰ ਅਸੀਂ ਚਲੋ ਰੱਖਿਆ ਵੀ ਇਹ ਹਰ ਵੀਡੀਓ ਦੇ ਵਿੱਚ ਮੂਹਰੇ ਸੰਘਾ ਸਾਹਿਬ ਲਾਈਏ, ਜਿਹਨਾਂ ਲੋਕ ਕਾਫੀ ਪਸੰਦ ਕਰਦੇ ਆ। ਇਹ ਨਾ ਪਹਿਲਾਂ ਮੈਨੂੰ ਜਿੱਦਾਂ ਮੇਰਾ ਗੋਤ ਹੈਗਾ ਦਿਓਲ, ਅਤੇ ਇਹ ਮੈਨੂੰ ਜਦੋਂ ਵੀ ਪਿਆਰ ਨਾਲ ਕਦੇ ਵੀ ਇਹਨਾਂ ਨੇ ਬੁਲਾਉਣਾ, ਇਹਨੇ ਕਹਿਣਾ ਦਿਓਲ ਸਾਹਿਬ ਗੱਲ ਸੁਣਿਓ, ਅਤੇ ਮੈਂ ਇਹਨਾਂ ਨੂੰ ਕਹਿੰਦੀ ਹੁੰਦੀ ਸਾਡਾ ਸੰਘਾ ਸਾਹਿਬ, ਹਾਂਜੀ, ਬਸ ਇੱਦਾਂ ਆ ਸਾਡਾ। ਅੱਛਾ, ਜਿਵੇਂ ਵੀਡੀਓਜ਼ ਦੀ ਗੱਲ ਕਰੀਏ ਆਪਾਂ, ਹੈ ਨਾ, ਬਹੁਤ ਸਾਰੇ ਬਣਾਉਂਦੇ ਨੇ ਰੀਲ ਸਟਾਰ, ਵੀਡੀਓਜ਼ ਬਣਾਉਂਦੇ ਨੇ, ਕੁਝ ਸਕ੍ਰਿਪਟਡ ਹੁੰਦੀਆਂ, ਲੋਕ ਲੋਕੇਸ਼ਨਸ ਵੇਖਦੇ ਆ, ਕਿੰਨਾ ਕੁਛ ਦੇਖਦੇ ਆ, ਪਰ ਤੁਸੀਂ ਜਿਵੇਂ ਹੁੰਦੇ ਹੋ ਉਵੇਂ ਵੀਡੀਓਜ਼ ਬਣਾ ਲੈਂਦੇ, ਕਦੇ ਇਹ ਨਹੀਂ ਮਨ 'ਚ ਆਇਆ ਕਿ ਅਸੀਂ ਵੀ ਸਕ੍ਰਿਪਟਡ ਕਰੀਏ ਜਾਂ ਲੋਕੇਸ਼ਨ ਦੇਖੀਏ? ਦੇਖੋ ਜੀ, ਜਦੋਂ ਆਪਾਂ ਨਾ ਲੋਕੇਸ਼ਨ ਦੇਖ ਕੇ ਵੀਡੀਓ ਬਣਾਉਂਦੇ ਹਾਂ ਤਾਂ ਫਿਰ ਵੀਡੀਓ ਨਹੀਂ ਸਹੀ ਬਣਦੀ, ਫਿਰ ਆਪਣੀ ਲੋਕੇਸ਼ਨ ਹੀ ਸਹੀ ਆਉਣੀ ਆ,
ਫਿਰ ਜੇ ਆਪਾਂ ਵੀਡੀਓ ਬਣਾਉਣੀ ਹੈ, ਜਦੋਂ ਆਪਾਂ ਨੂੰ ਦਿਮਾਗ 'ਚ ਆ ਗਿਆ ਕੰਟੈਂਟ ਵੀ ਆਪਾਂ ਹੁਣ ਇੱਦਾਂ ਬਣਾਉਣੀ, ਜਿੱਥੇ ਖੜ੍ਹੇ ਉੱਥੇ ਵੀਡੀਓ ਬਣਾ ਲਓ ਤਾਂ ਉਹ ਵੀਡੀਓ ਸਹੀ ਬਣੂਗੀ। ਜੇ ਆਪਾਂ ਦਿਮਾਗ ਦੇ ਨਾਲ ਸੋਚ ਕੇ ਨਹੀਂ ਇੱਦਾਂ ਇੱਦਾਂ ਕਰੀਏ ਤਾਂ ਫਿਰ ਕਈ ਵਾਰੀ ਉਹ ਵੀਡੀਓ ਨਹੀਂ ਸਹੀ ਬਣਦੀ ਹੈਗੀ, ਮੇਰੀ ਇਹ ਥਿੰਕਿੰਗ ਆਪਣੀ। ਤੁਸੀਂ ਸਾਰਾ ਦਿਨ ਕੰਮ ਕਰਦੇ ਹੋ, ਇਹਨਾਂ ਦਾ ਚਲੋ ਘਰ ਦਾ ਕੰਮ ਹੈ, ਜਦੋਂ ਮਰਜ਼ੀ ਸ਼ਟਰ ਬੰਦ ਕਰ ਲੈਣ ਅਤੇ ਵੀਡੀਓ ਬਣਾ ਲੈਣ। ਅੱਛਾ ਮੈਨੂੰ ਇਹ ਦੱਸੋ, ਜਦੋਂ ਸਾਰਾ ਦਿਨ ਵਿੱਚ ਟਾਈਮ ਨਹੀਂ ਮਿਲਦਾ ਹੈ, ਕਦੀ ਇੱਦਾਂ ਹੋਇਆ ਕਿ ਵੀਡੀਓ ਚੱਕਰ 'ਚ ਰੋਟੀ ਵੀ ਲੇਟ ਹੋ ਗਈ ਹੋਵੇ? ਨਹੀਂ, ਰੋਟੀ ਤਾਂ ਅਸੀਂ ਟਾਈਮ ਨਾਲ ਹੀ ਖਾ ਲਈਦੀ ਆ, ਅਤੇ ਕਿਉਂਕਿ ਇਹਨਾਂ ਨੇ ਜਾਣਾ ਹੁੰਦਾ ਅਸੀਂ ਵੀ ਆਪਣੇ ਕੰਮਾਂ ਕਾਰਾਂ 'ਤੇ। ਹੋਏ ਵੀਡੀਓ ਰੋਟੀ ਬਣਾਉਂਦੇ ਬਣਾਉਂਦੇ ਜ਼ਰੂਰ ਅਸੀਂ ਬਣਾ ਲਈਦੀ ਹੈ, ਜਿੱਦਾਂ ਇਹਨਾਂ ਨੇ ਹੁਣ ਕਈ ਵੀਡੀਓ ਸਾਡੀਆਂ ਇੱਦਾਂ ਵੀ ਇਹ ਰੋਟੀ ਬਣਾਉਣ ਡਏ ਹਾਂ, ਜਿੱਦਾਂ ਨਹੀਂ ਬਣੀ ਅਸੀਂ ਰੋਟੀ ਬਣਾਉਂਦੇ ਬਣਾਉਂਦੇ ਹੀ ਇਹਦੇ ਲਾਗੇ ਖੜ੍ਹੇ ਹੋ ਕੇ ਵੀਡੀਓ ਬਣਾ ਲੈਣੀ, ਕਿਉਂਕਿ ਅਸੀਂ ਕੋਈ ਇੱਦਾਂ ਦੀ ਲੋਕੇਸ਼ਨ ਜਾਂ ਬਾਹਲੀ ਹਾਈਫਾਈ ਨਹੀਂ, ਕਿਉਂਕਿ ਅਸੀਂ ਇਹ ਚਾਹੁੰਦੇ ਹੁੰਦੇ ਹਾਂ ਵੀ ਕੰਟੈਕਟ ਵਧੀਆ ਹੋਵੇ, ਲੋਕਾਂ ਨੂੰ ਪਸੰਦ ਹੋਵੇ ਜੀ, ਇਸ ਕਰਕੇ ਅਸੀਂ ਜਿੱਥੇ ਸਾਨੂੰ ਵਧੀਆ ਲੱਗਿਆ ਕੋਈ ਗੱਲ ਮਤਲਬ ਦਿਮਾਗ 'ਚ ਆਈ ਉੱਥੇ ਵੀਡੀਓ ਬਣਾ ਦਿੰਦੀ ਹਾਂ ਜੀ। ਰੋਟੀ ਦੀ ਗੱਲ ਛਿੜੀ ਆ, ਮੈਂ ਇੱਕ ਵੀਡੀਓ ਤੁਹਾਡੀ ਦੇਖੀ ਸੀਗੀ, ਹੈ ਨਾ, ਵੀ ਤੁਸੀਂ ਰੋਟੀ ਬਣਾਉਂਦੇ ਹੁੰਦੇ ਬਾਹਰੋਂ ਬੈਲ ਵੱਜਦੀ ਆ, ਫਟਾਫਟ ਫੁਲਕਾ ਇੱਧਰ ਬਣਾ ਦਿੰਦੇ ਹੋ, ਇੱਦਾਂ ਕਦੀ ਇੰਸੀਡੈਂਟ ਹੋਇਆ ਜਾਂ ਇਹਨਾਂ ਦੀ ਹੈਲਪ ਕਰਦੇ ਹੋ ਕਦੀ ਫੁਲਕੇ ਬਣਾਏ ਉਹਦਾ ਅਸਲੀ ਰੀਅਲ ਲਾਈਫ ਦੇ ਵਿੱਚ? ਨਹੀਂ ਜੀ, ਉੱਦਾਂ ਜਿੱਦਾਂ ਹੈ ਨਾ ਪਹਿਲਾਂ ਇੱਕ ਦੋ ਵਾਰੀ ਅਸੀਂ ਜਿੱਦਾਂ ਕਿਤੇ ਮਾੜਾ ਮੋਟਾ ਲੜਾਈ ਝਗੜਾ ਹੋਇਆ, ਕੋਸ਼ਿਸ਼ ਜ਼ਰੂਰ ਕੀਤੀ ਆ, ਪਰ ਮੇਰੇ ਤੋਂ ਆਪਦੇ ਬਣੇ ਫੁਲਕੇ ਖਾ ਨਹੀਂ ਹੁੰਦੇ, ਕਿਉਂਕਿ ਮੈਂ ਇਹਨਾਂ ਦੇ ਬਣਾਏ ਜਿੱਦਾਂ ਤੁਹਾਨੂੰ ਪਤਾ ਵੀ ਜਿਹੜੇ ਲੇਡੀਜ਼ ਦੇ ਫੁਲਕੇ ਬਣਾਏ ਹੋਰ ਹੁੰਦੇ ਆ, ਅਤੇ ਜੈਂਟਸ ਨੇ ਤੁਹਾਨੂੰ ਪਤਾ ਵੀ ਕਿੱਦਾਂ ਦੇ ਬਣਾਉਣੇ ਹੁੰਦੇ ਆ, ਗੁੱਸੇ 'ਚ ਜ਼ਰੂਰ ਵਿੰਗੇ ਟੇਢੇ ਬਣਾ ਕੇ ਖਾ ਲਈਦੇ ਆ, ਪਰ ਫੁਲਕੇ ਸਾਨੂੰ ਇਹਨਾਂ ਦੇ ਹੀ ਪਸੰਦ ਆ ਜੀ। ਅੱਛਾ, ਜਦੋਂ ਪਹਿਲੀ ਵਾਰੀ ਵੀਡੀਓਜ਼ ਦੇ ਵਿਊ ਆਏ ਉਦੋਂ ਐਕਸਾਈਟਮੈਂਟ ਕਿੱਦਾਂ ਦੀ ਸੀ? ਐਕਸਾਈਟਮੈਂਟ ਤਾਂ ਇੰਨੀ ਸੀ ਕਿ ਬਾਰ ਬਾਰ ਖੋਲਦੇ ਸੀ ਇੰਸਟਾਗ੍ਰਾਮ, ਵਿਊਜ਼ 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 110, ਫਿਰ ਨਾਲ ਫੋਲੋਅਰਸ ਵਧੀ ਜਾਂਦੇ ਸੀ, ਬੜਾ ਮਨ ਨੂੰ ਇੱਦਾਂ ਟਕਾ ਜਿਹਾ ਨਹੀਂ ਸੀ ਆਉਂਦਾ ਵੀ ਇਹ ਸਾਨੂੰ ਵੀ ਕੋਈ ਪਸੰਦ ਕਰ ਸਕਦਾ ਹੈ, ਕਿਉਂਕਿ ਚਲੋ ਹਰ ਇੱਕ ਨੂੰ ਆਪਣਾ ਹੁੰਦਾ ਆ, ਬਟ ਲੋਕ ਬਹੁਤ ਘੱਟ ਲੋਕਾਂ ਨੂੰ ਪਸੰਦ ਕਰਦੇ ਆ, ਬਹੁਤ ਘੱਟ ਮੈਂ ਦੇਖਿਆ ਆ, ਛੇਤੀ ਲਾਈਕ ਨਹੀਂ ਦੇਣਗੇ ਜਾਂ ਛੇਤੀ ਆਪਾਂ ਵੀ ਹੁਣ ਕਈ ਵਾਰੀ ਦੇਖੋ, ਕਈ ਵਾਰੀ ਆਪਾਂ ਇੰਸਟਾਗ੍ਰਾਮ ਰੀਲਸ ਦੇਖਦੇ ਹਾਂ, ਕਈ ਲੋਕ ਇੱਦਾਂ ਦੇ ਆ ਜਿਹੜੇ ਬਸ ਅੱਗੇ ਅੱਗੇ ਕਰੀ ਜਾਣਗੇ, ਉਹਨਾਂ ਨੇ ਬਸ ਦੇਖਣੀ ਜ਼ਰੂਰ ਆ, ਵਿਊ ਵਧਾ ਦੇਣਗੇ ਬਟ ਲਾਈਕ ਨਹੀਂ ਦੇਣਗੇ, ਲਾਈਕ ਵੀ ਬਹੁਤ ਘੱਟ ਲੋਕ ਦਿੰਦੇ ਆ, ਬਟ ਸਾਨੂੰ ਤਾਂ ਬਹੁਤ ਐਕਸਾਈਟਮੈਂਟ ਹੋਈ ਸੀ ਜਦੋਂ ਸਾਡੇ ਕਾਫੀ ਮਿਲੀਅਨਸ ਵਿਊ ਆਉਂਦੇ ਆ ਸਾਡੀ ਰੀਲਸ ਨੂੰ, ਸਾਨੂੰ ਲੋਕ ਪਸੰਦ ਕਰਦੇ ਆ, ਚਲੋ ਇੰਨਾ ਹੀ ਬਹੁਤ ਆ। ਜਿਵੇਂ ਕਿ ਬੱਚਿਆਂ ਦੇ ਵਿੱਚ ਬਹੁਤ ਕਰੇਜ਼ ਹੁੰਦਾ ਕਿ ਮੰਮਾ ਆਹ ਲੋਕੇਸ਼ਨ ਲੈਣੀ ਆ, ਅਸੀਂ ਆਹ ਸਕ੍ਰਿਪਟ ਬਣਾਉਣੀ ਆ, ਅਸੀਂ ਇੱਥੇ ਬਣਾਉਂਦੇ ਹਾਂ, ਤੁਸੀਂ ਦਿੰਦੇ ਹੋ ਮੰਮਾ ਨੂੰ ਥੋਟਸ ਕਿ ਐਵੇਂ ਤਾਂ ਬਣਾਉਣੇ, ਪਾਪਾ ਨੂੰ ਕਹਿੰਦੇ ਹੋਏ ਵੀ ਆਪਾਂ ਇਹ ਲੋਕੇਸ਼ਨ 'ਤੇ ਚੱਲਦੇ ਉੱਥੇ ਬਣਾਉਂਦੇ ਹਾਂ? ਨਹੀਂ, ਮੈਂ ਨਹੀਂ ਇੱਦਾਂ ਕਦੀ ਵੀ ਕਿਹਾ, ਉੱਦਾਂ ਅਸੀਂ ਖੂਹ 'ਤੇ ਬਣਾਉਂਦੇ ਹੁੰਦੇ ਹਾਂ ਵੀਡੀਓ, ਜਿੱਦਾਂ ਕੋਈ ਫਰੀ ਟਾਈਮ ਹੋਇਆ ਉਦੋਂ ਵੀਡੀਓ ਬਣਾ ਲੈਂਦੇ ਹੁੰਦੇ, ਲੋਕੇਸ਼ਨ ਨਹੀਂ ਦੇਖੀ, ਨਹੀਂ ਖੂਹ ਵਾਲੀ ਲੋਕੇਸ਼ਨ ਹੀ ਪਸੰਦ ਆਉਂਦੀ, ਖੂਹ ਵਾਲੀ ਲੋਕੇਸ਼ਨ ਹੀ ਪਸੰਦ ਆਉਂਦੀ, ਜਾਂ ਘਰੇ ਜਾਂ ਇੱਥੇ ਵੀਹ ਦੇ ਵਿੱਚ ਤੁਰੇ ਜਾਂਦੇ, ਗਲੀ ਦੇ ਵਿੱਚ ਬਣਾ ਲੈਂਦੀ ਆ, ਸਾਡੀ ਲੋਕਾਂ ਨੂੰ ਪਸੰਦ ਹੀ ਉਹ ਵੀਡੀਓ ਆਉਂਦੀ ਆ। ਇਹ ਅਤੇ ਇੱਕ ਨਾ ਬੱਚਿਆਂ 'ਚ ਕਈ ਬੱਚੇ ਇੱਦਾਂ ਦੇ ਹੁੰਦੇ ਬਹੁਤ ਸ਼ਾਏ ਨੇਚਰ ਦੇ ਹੁੰਦੇ ਆ, ਅਤੇ ਤੁਹਾਨੂੰ ਜਦੋਂ ਤੁਸੀਂ ਵੀਡੀਓ ਬਣਾਉਂਦੇ ਕਦੇ ਸੰਗ ਲੱਗੀ ਜਿੱਦਾਂ ਕੋਈ ਚਾਰ ਜਣੇ ਖੜ੍ਹੇ ਹੋ ਕੇ ਦੇਖਦੇ ਨੇ? ਨਹੀਂ, ਕਦੀ ਵੀ ਨਹੀਂ ਸੰਗ ਲੱਗੀ ਮੈਨੂੰ, ਨਹੀਂ ਹਜੇ ਤੱਕ ਨਹੀਂ ਲੱਗੀ। ਇਹਨਾਂ ਦੇ ਵਿੱਚੋਂ ਕੌਣ ਸੰਗਦਾ ਹੈ? ਮੰਮੀ ਪਾਪਾ 'ਚੋਂ? ਪਾਪਾ ਹੀ ਸੰਗਦੇ ਹੁੰਦੇ ਆ, ਫਿਰ ਹੌਸਲਾ ਨਹੀਂ ਦਿੰਦੇ, ਪਾਪਾ ਮੈਨੂੰ ਤਾਂ ਸ਼ਰਮ ਨਹੀਂ ਆਉਂਦੀ, ਤੁਸੀਂ ਕਾਹਤੋਂ ਸੰਗ ਲੱਗਦੀ ਆ ਤੁਹਾਨੂੰ? ਹਾਂਜੀ ਹਾਂਜੀ, ਕਹਿਣਾ ਤਾਂ ਫਿਰ ਪੈਂਦਾ ਹੀ ਹੁੰਦਾ ਪਾਪਾ ਨੂੰ ਜੋ ਸੰਗਦੇ। ਅੱਛਾ, ਜਿੱਦਾਂ ਪੋਜ਼ਿਟਿਵ ਕਮੈਂਟ ਆਉਂਦੇ, ਜਿੱਥੇ ਪੋਜ਼ਿਟਿਵਿਟੀ ਉੱਥੇ ਥੋੜ੍ਹੀ ਬਹੁਤੀ ਨੈਗੇਟਿਵਿਟੀ ਵੀ ਹੁੰਦੀ ਹੈ ਨਾ, ਲੋਕ ਤੁਹਾਨੂੰ ਇਨਕਰੇਜ ਕਰਦੇ, ਡਿਸਕਰੇਜ ਕਰਨ ਵਾਲੇ ਵੀ ਬਹੁਤ ਹੋਣਗੇ, ਜਦੋਂ ਨੈਗੇਟਿਵ ਕਮੈਂਟ ਆਉਂਦੇ ਨੇ ਹੈ ਨਾ, ਤੁਸੀਂ ਪੜ੍ਹਦੇ ਹੋਵੋਗੇ, ਤਾਂ ਕਿਵੇਂ ਲੱਗਦਾ ਉਦੋਂ ਜਦੋਂ ਲੋਕ ਬੁਰਾ ਭਲਾ ਕਹਿੰਦੇ ਨੇ? ਪਹਿਲੀ ਗੱਲ ਤਾਂ ਇਹ, ਜਿੱਦਾਂ ਕਿ ਨਾ ਸਾਨੂੰ ਨੈਗੇਟਿਵ ਕਮੈਂਟ ਕਦੀ ਆਇਆ ਹੀ ਨਹੀਂ, ਜੇ ਆਇਆ ਵੀ ਹੈ ਨਾ ਤਾਂ ਸਾਡੇ ਮਤਲਬ ਇਹਨਾਂ ਨੂੰ ਕੋਈ ਗਲਤ ਰੋਂਗ ਜਾਂ ਮੈਨੂੰ ਕੁਛ ਰੋਂਗ ਇੱਦਾਂ ਦਾ ਕਦੀ ਵੀ ਉੱਦਾਂ ਵੈਸੇ ਆਇਆ ਹੀ ਨਹੀਂ ਕਮੈਂਟ ਅੱਜ ਤੱਕ ਗਲਤ ਕਦੀ ਵੀ ਨਹੀਂ ਆਇਆ ਹੈਗਾ, ਅਤੇ ਉੱਦਾਂ ਦੇ ਬਸ ਆ ਜਾਂਦੇ ਆ, ਬਾਕੀ ਇਹਨਾਂ ਨੂੰ ਤੁਸੀਂ ਪੁੱਛ ਲਓ। ਪਰ ਕਿਉਂਕਿ ਮੈਡਮ ਜਦੋਂ ਹੈ ਨਾ ਇੱਕ ਹੁੰਦਾ ਪਹਿਰਾਵਾ, ਆਪਾਂ ਕਿੱਦਾਂ ਦੀਆਂ ਵੀਡੀਓ ਬਣਾਉਂਦੇ ਹਾਂ, ਕਿਉਂਕਿ ਜਿਸ ਦੇਸ਼ ਕਹਿੰਦੇ ਹੁੰਦੇ ਜੈਸਾ ਦੇਸ਼ ਵੈਸਾ ਵੇਸ, ਕਿਉਂਕਿ ਆਪਾਂ ਜੇ ਕੋਈ ਅਮੈਰੀਕਾ ਬਾਹਰ ਮਤਲਬ ਵੀਡੀਓ ਬਣਾਵਾਂਗੇ ਜਾਂ ਹੋਰ ਦੇਸ਼, ਉਹ ਉੱਦਾਂ ਦਾ ਵੇਸ ਮਤਲਬ ਉਹਨਾਂ ਦਾ ਹੁੰਦਾ ਪਹਿਰਾਵਾ, ਜੇ ਉਹ ਵੀਡੀਓ ਪੰਜਾਬ 'ਚ ਚੱਲਣ ਤਾਂ ਆਪਾਂ ਨੂੰ ਲੱਗਣੀਆਂ ਯਾਰ ਕਿੱਦਾਂ ਦੀਆਂ ਵੀਡੀਓ ਬਣਾਉਂਦੇ, ਘੱਟ ਕੱਪੜਿਆਂ 'ਚ ਜਾਂ ਕਿੱਦਾਂ। ਅਸੀਂ ਜ਼ਿਆਦਾਤਰ ਕੋਸ਼ਿਸ਼ ਇਹ ਕਰੀ ਦੀ ਭਾਵਾਂ ਹੀ ਹਸਬੈਂਡ ਵਾਈਫ ਹਾਂ ਵੀ ਦੂਰ ਦੂਰ ਹੀ ਰਹੀਏ, ਮਤਲਬ ਵੀ ਇੱਦਾਂ ਦੀ ਕੋਈ ਵੀਡੀਓ ਨਹੀਂ ਬਣਾਉਣੀ ਜਾਏ ਜਿਹੜੀ ਸਾਨੂੰ ਚੰਗੀ ਨਾ ਲੱਗੇ ਜਾਂ ਅਸੀਂ ਫੈਮਿਲੀ 'ਚ ਬਹਿ ਕੇ ਨਾ ਦੇਖ ਸਕੀਏ, ਇੱਦਾਂ ਦੀ ਵੀਡੀਓ ਅਸੀਂ ਬਣਾਉਂਦੇ ਹੀ ਨਹੀਂ। ਜ਼ਿਆਦਾਤਰ ਸਾਨੂੰ ਇਹ ਵੀ ਆ ਮਾਣ ਆ ਸਾਡੇ ਫੋਲੋਅਰਸ ਜਿੰਨੇ ਸਾਰੇ ਹੀ ਬਹੁਤ ਵਧੀਆ ਅਤੇ ਸਮਝਦਾਰ ਆ, ਸਾਨੂੰ ਅੱਜ ਤਾਈਂ ਕੋਈ ਬੈਡ ਕਮੈਂਟ ਨਹੀਂ ਕੀਤਾ, ਜੇ ਕੋਈ ਟਾਵਾਂ ਜਿਹਾ ਹੋਵੇ ਤਾਂ ਅਸੀਂ ਬਾਹਲੀ ਗੱਲ ਨਹੀਂ ਸੁਣੀ ਦੀ ਅਗਲੇ ਨੂੰ ਬਲੌਕ ਮਾਰੀ ਦਾ ਭਰਾਵਾ, ਨਹੀਂ, ਕਿਉਂਕਿ ਕਈ ਬੰਦੇ ਹੁੰਦੇ ਆ ਵੀ ਬੈਡ ਕਮੈਂਟ ਆਇਆ ਤਾਂ ਉਹਨੂੰ ਅਣਦੇਖਾ ਕਰ ਮਤਲਬ ਕਰ ਦੇਣਾ, ਸਾਡੀ ਵਾਰ ਵਾਰ ਨਿਗਾਹ ਉੱਥੇ ਹੀ ਜਾਂਦੀ ਆ ਜਿਹਨੇ ਬੈਡ ਕਮੈਂਟ ਕਮੈਂਟ, ਮੈਂ ਲਾਈਵ ਵੀ ਹੋਵਾਂ ਤਾਂ ਮੈਨੂੰ ਜਦੋਂ ਇੰਨਿਆਂ ਕਮੈਂਟਾਂ ਦੇ ਵਿੱਚੋਂ ਇੱਕ ਵੀ ਗਲਤ ਕਮੈਂਟ ਆ
ਤੁਸੀਂ ਪਿੰਡ 'ਚ ਰਹਿੰਦੇ ਹੋ ਹੈ ਨਾ, ਅਤੇ ਪਿੰਡ ਵਾਲੇ ਲੋਕ ਵੀ ਤੁਹਾਨੂੰ ਸਪੋਰਟ ਕਰਦੇ ਨੇ, ਐਪਰੀਸ਼ੀਏਟ ਕਰਦੇ, ਬਾਹਰ ਨਿਕਲਦੇ ਕਹਿੰਦੇ ਨੇ ਤੁਹਾਡੀਆਂ ਵੀਡੀਓਜ਼ ਦੇਖੀਆਂ ਬੜੀਆਂ ਚੰਗਾ ਲੱਗਾ? ਜਿੰਨੇ ਵੀ ਹਾਲੇ ਤੱਕ ਜਿੰਨਿਆਂ ਨੇ ਵੀ ਸਾਨੂੰ ਕਿਹਾ ਆ, ਸਾਰਿਆਂ ਨੇ ਇਹੀ ਕਿਹਾ ਤੁਸੀਂ ਵੀਡੀਓ ਬਹੁਤ ਵਧੀਆ ਬਣਾਉਂਦੇ ਆ, ਬਹੁਤ ਵਧੀਆ ਬਣਾਉਂਦੇ ਆ, ਕਿਉਂ ਸਾਨੂੰ ਕਹਿੰਦੇ ਆ, ਕਿਉਂਕਿ ਸਾਡੀ ਦੋਨਾਂ ਦੀ ਵੀਡੀਓਜ਼ ਹੁੰਦੀਆਂ ਆ, ਸਾਡੀ ਤੁਸੀਂ ਆਈਡੀ ਜਾ ਕੇ ਚੈੱਕ ਕਰ ਲਈਓ, ਸਾਡੀ ਕਦੀ ਵੀ ਕਿਸੇ ਨੇ ਇਕੱਲੀ ਇਕੱਲੀ ਵੀਡੀਓ ਨਹੀਂ ਅਸੀਂ ਪਾਈ, ਨਾ ਇਹਨਾਂ ਨੇ ਕਦੇ ਇਕੱਲੇ ਨੇ ਪਾਈ, ਨਾ ਮੈਂ ਕਦੀ ਇਕੱਲੀ ਨੇ ਪਾਈ, ਕਿਉਂਕਿ ਅੱਜ ਕੱਲ੍ਹ ਜਿਹੜੇ ਜੋੜੇ ਆ ਨਾ, ਜਾਂ ਤਾਂ ਉਹ ਗਲਤ ਮਤਲਬ ਆਪਣੇ ਦਿਖਾਉਣਗੇ ਆਪਣੇ ਆਪ ਨੂੰ, ਜਿੱਦਾਂ ਤੁਸੀਂ ਸਮਝ ਹੀ ਗਏ ਹੋਣੇ ਆ, ਅਤੇ ਬਾਕੀ ਜਾਂ ਫਿਰ ਉਹ ਫੇਮ ਲੈਣ ਲਈ ਇਕੱਲੀਆਂ ਆਪਣੀਆਂ ਘਰਵਾਲੀ ਦੀਆਂ ਵੀਡੀਓਜ਼ ਜ਼ਿਆਦਾ ਪਾਉਂਦੇ ਆ, ਵੀ ਜਿੱਦਾਂ ਮਤਲਬ ਇਕੱਲੀ ਦੀਆਂ ਵੀਡੀਓਜ਼ ਪਾ ਦੇਣੀਆਂ, ਜਾਂ ਸੂਟ ਪਾਇਆ, ਜਾਂ ਇੱਦਾਂ ਉੱਦਾਂ, ਅਸੀਂ ਜਿੱਦਾਂ ਫੇਮ ਲਈ ਜਾਂ ਆਪਣੇ ਲਾਈਕ ਜਾਂ ਫੋਲੋਵਰਸ ਜਾਂ ਵਿਊਜ਼ ਵਧਾਉਣ ਲਈ ਅਸੀਂ ਨਹੀਂ ਇੱਦਾਂ ਦੀ ਕਦੀ ਵੀ ਵੀਡੀਓ ਨਹੀਂ ਪਾਈ ਹੈਗੀ, ਜਿੱਦਾਂ ਸਾਨੂੰ ਲੋਕ ਸਾਨੂੰ ਪਸੰਦ ਕਰਦੇ ਅਸੀਂ ਉੱਦਾਂ ਹੀ ਵੀਡੀਓ ਪਾਉਂਦੇ ਹਾਂ, ਅਤੇ ਸਾਨੂੰ ਅੱਜ ਤੱਕ ਉੱਦਾਂ ਪਿੰਡ ਦੇ ਨੇ ਕਦੀ ਮੂੰਹ 'ਤੇ ਤੱਕਿਆ ਨੀਗਾ, ਪਿੱਠ 'ਤੇ ਤਾਂ ਸਾਨੂੰ ਪਤਾ ਨਹੀਂ ਹੈਗਾ ਵੀ ਕੋਈ ਲੋਕ ਗੱਲਾਂ ਕਰਦੇ ਹੋਣਗੇ ਜਾਂ ਕਿੱਦਾਂ ਵੀ, ਪਰ ਮੂੰਹ 'ਤੇ ਅੱਜ ਤੱਕ ਸਾਨੂੰ ਕਿਸੇ ਨੇ ਵੀ ਨਹੀਂ ਕਿਹਾ, ਸਿਰ ਇਹੀ ਕਿਹਾ ਆ ਵੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਤੁਸੀਂ। ਜਦੋਂ ਵਿਆਹ ਹੁੰਦਾ ਹੈ ਨਾ, ਤਾਂ ਇਹਨਾਂ ਦੀ ਫੈਮਿਲੀ ਜਿਹੜਾ ਹੈਗਾ ਸਟਾਰਟਿੰਗ ਦੇ ਵਿੱਚ ਨਾਰਾਜ਼ ਰਹਿੰਦੇ ਆ, ਅਤੇ ਬੇਟੇ ਦੇ ਹੁਣ ਤਾਂ ਉਹ ਮਿਲਦੇ ਵਰਤਦੇ, ਹੁਣ ਵੀ ਮਿਲਦੇ ਵਰਤਦੇ ਹੈ ਨਾ, ਅਤੇ ਜਦੋਂ ਨਾਮ ਜਦੋਂ ਤੁਸੀਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ, ਉਸ ਚੀਜ਼ ਤੋਂ ਕਦੀ ਉਹਨਾਂ ਨੇ ਇਤਰਾਜ਼ ਕੀਤਾ? ਨਹੀਂ ਨਹੀਂ, ਉਹ ਤਾਂ ਸਾਡੇ ਨਾਲ ਪੂਰੇ ਸਹਿਮਤ ਆ, ਉਹ ਵੀ ਜਿੱਦਾਂ ਮਤਲਬ ਇਹ ਹੁੰਦਾ ਵੀ ਕੁਛ ਸਾਡੀ, ਚਲੋ ਉਹਨਾਂ ਦੀ ਸਾਡੀ ਮਜਬੂਰੀ ਲਾ ਲਓ, ਵਿਆਹ ਇਸ ਤਰ੍ਹਾਂ ਹੋਇਆ, ਪਰ ਉਹ ਸੁਭਾਅ ਦੇ ਸਾਰੇ ਬਹੁਤ ਵਧੀਆ, ਸਮਾਂ ਜਦੋਂ ਅਸੀਂ ਉੱਥੇ ਜਾਈਦਾ ਉਹ ਵੀ ਖੁਸ਼ ਹੋ ਕੇ ਕਹਿੰਦੇ ਵੀ ਸਾਡੀਆਂ ਵੀ ਵੀਡੀਓ ਨਾਲ ਬਣਾਓ। ਹਾਂਜੀ, ਬਹੁਤ ਵਧੀਆ ਉਹਨਾਂ ਨੂੰ ਵੀ ਲੱਗਦਾ ਆ ਵੀ ਜਦੋਂ ਸਾਡੀਆਂ ਵੀਡੀਓ ਉਹਨਾਂ ਦੇ ਪੈਣ 'ਤੇ ਕਹਿੰਦੇ ਵੀ ਤੁਹਾਡੇ ਮਤਲਬ ਪ੍ਰਾਹੁਣਾ ਹੀ ਲਾ ਪ੍ਰਾਹੁਣਾ ਸਾਹਿਬ ਜਾਂ ਘਰ ਤੁਹਾਡੀ ਬੇਟੀ ਬਣਾਉਂਦੇ ਆ, ਤਾਂ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਦੱਸਦੇ ਆ। ਅੱਛਾ, ਵੀਡੀਓਜ਼ ਵਾਇਰਲ ਵੀ ਹੁੰਦੀਆਂ ਨੇ ਹੈ ਨਾ, ਲੋਕ ਪਸੰਦ ਵੀ ਕਰਦੇ, ਫਿਰ ਯਾਰਾਂ ਦੋਸਤਾਂ 'ਚ ਬੱਲੇ ਬੱਲੇ ਹੁੰਦੀ ਆ? ਹਾਂਜੀ, ਪੂਰੀ ਬੱਲੇ ਬੱਲੇ ਹੁੰਦੀ ਆ। ਆਪਣੇ ਆਪ ਨੂੰ ਫੀਲ ਕਰਦੇ ਐਜ਼ ਏ ਸਟਾਰ ਕਿ ਮੈਂ ਤਾਂ ਵੀ ਸਟਾਰ ਆ ਇੱਕ? ਹਾਂਜੀ ਹਾਂਜੀ, ਸਟਾਰ ਫੀਲ ਕਰਦੇ, ਮੇਰੇ ਯਾਰ ਦੋਸਤ ਵੀ ਮੈਨੂੰ ਕਹਿੰਦੇ ਵੀ ਮੇਰੇ ਨਾਲ ਵੀਡੀਓ ਬਣਾ ਕੇ ਕਲੈਬਰੇਸ਼ਨ ਕਰਕੇ ਪਾਵਾਂਗੇ, ਫਿਰ ਮੈਂ ਕਿਹਾ ਪਾ ਲਵਾਂ, ਕੋਈ ਨਾ ਬਣਾ ਲਵਾਂਗੇ। ਫਿਊਚਰ ਕਿੱਥੇ ਦੇਖਦੇ ਹੋ ਅੱਗੇ, ਚਾਹੁੰਦੇ ਹੋ ਕਿ ਵੱਡੀ ਫਿਲਮ ਦੇ ਵਿੱਚ ਤੁਹਾਨੂੰ, ਕਿਉਂਕਿ ਇੱਕ ਪਲੇਟਫਾਰਮ ਹੈਗਾ ਜਿਹਦੇ ਨਾਲ ਤੁਸੀਂ ਤੁਹਾਡੀ ਵੀਡੀਓ ਆਲੇ ਦੁਆਲੇ ਜਾਂਦੀ ਹੈ ਨਾ, ਬਹੁਤ ਸਾਰੇ ਲੋਕਾਂ ਤੱਕ ਪਹੁੰਚਦੀ ਹੈ, ਅੱਗੇ ਦੇਖਦੇ ਹੋ ਫਿਊਚਰ ਕਿ ਕਿਸੇ ਵੱਡੀ ਫਿਲਮ ਦੇ ਵਿੱਚ ਰੋਲ ਮਿਲੂਗਾ? ਹਾਂਜੀ ਬਟ ਹਾਂਜੀ ਹਾਂਜੀ, ਕਿਹਦੇ ਨਾਲ ਕੰਮ ਕਰਨਾ ਚਾਹੁੰਦੇ? ਸਲਮਾਨ ਖਾਨ ਦਾ। ਅੱਛਾ, ਬੋਲੀਵੁੱਡ 'ਚ ਨਹੀਂ ਕਰਨਾ ਸਿੱਧਾ, ਬੋਲੀਵੁੱਡ 'ਚ ਕਰਨਾ? ਬੋਲੀਵੁੱਡ 'ਚ ਨਹੀਂ ਹੈਗਾ ਕਿਸੇ ਦਾ ਇੰਟਰਸਟ? ਕੋਈ ਵਧੀਆ ਐਕਟਰ ਨਹੀਂ ਲੱਗਦਾ ਪੰਜਾਬੀ ਫਿਲਮਾਂ ਦਾ? ਪੰਜਾਬੀ ਫਿਲਮ ਐਮੀ ਵਿਰਕ, ਐਮੀ ਵਿਰਕ ਨੇ ਕਰਨਾ ਚਾਹੁੰਦੇ ਹੋ? ਹਾਂਜੀ, ਦਿਲਜੀਤ ਦੋਸਾਂਝ ਹੋ ਗਿਆ, ਹੁਣ ਯਾਦ ਆਇਆ, ਪਹਿਲਾਂ ਸਿੱਧਾ ਸਲਮਾਨ ਖਾਨ, ਛੋਟੀ ਮੋਟੀ ਤਾਂ ਗੱਲ ਹੀ ਨਹੀਂ ਕਰਦੇ ਅਸੀਂ। ਅੱਛਾ, ਤੁਹਾਨੂੰ ਜੇਕਰ ਕੋਈ ਫਿਊਚਰ ਦੇ ਵਿੱਚ ਆਫਰ ਆਉਂਦਾ ਤਾਂ ਕਰੋਗੇ? ਹਾਂਜੀ, ਜੇ ਇਹਨਾਂ ਦੀ ਸਲਾਹ ਹੋਊਗੀ ਤਾਂ ਅਸੀਂ ਕਿਤੇ ਚੱਲਾਂਗੇ, ਨਹੀਂ ਤਾਂ ਨਹੀਂ। ਮੈਡਮ, ਬਾਕੀ ਇਹ ਹੁੰਦਾ ਵੀ ਰੂਪ ਕਿੱਦਾਂ ਦਾ ਆ, ਮਤਲਬ ਰੋਲ ਕਿੱਦਾਂ ਦਾ ਆ, ਜਾਂ ਕਿੱਦਾਂ ਦੀ ਕੋਈ ਵੀਡੀਓ ਆ, ਉਸ ਹਿਸਾਬ ਦੇ ਨਾਲ ਦੇਖ ਕੇ ਵੀ ਸਾਡੇ ਮਤਲਬ ਸਾਰਿਆਂ ਨੂੰ ਟੱਬਰ 'ਚ ਵੀ ਦੇਖਣ ਨੂੰ ਵਧੀਆ ਲੱਗੇ, ਉੱਦਾਂ ਦਾ ਕੋਈ ਰੋਲ ਮਿਲਿਆ ਤਾਂ ਜ਼ਰੂਰ ਕਰਾਂਗੇ ਜੀ। ਬਹੁਤ ਸਾਰੇ ਵਲੋਗਰਸ ਨੇ, ਬਹੁਤ ਸਾਰੇ ਰੀਲ ਸਟਾਰਸ ਨੇ ਹੈ ਨਾ, ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਕੋਈ ਪੋਜ਼ਿਟਿਵ ਵੀ ਨੇ, ਨੈਗੇਟਿਵ ਵੀ ਨੇ, ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਡਮ, ਮੈਂ ਹਜੇ ਤਾਂ ਅਸੀਂ ਮੈਸੇਜ ਦੇਣ ਜੋਗੇ ਹੋਏ ਨਹੀਂ, ਸਿੱਧੀ ਗੱਲ ਆ, ਕਿਉਂਕਿ ਸਾਨੂੰ ਹਜੇ ਇਹਨਾਂ ਚੀਜ਼ਾਂ ਬਾਰੇ ਬਹੁਤ ਘੱਟ ਨੌਲੇਜ ਆ। ਸਾਨੂੰ ਇਹ ਬਹੁਤ ਖੁਸ਼ੀ ਹੋਈ ਵੀ ਤੁਸੀਂ ਇੱਡੀ ਦੂਰੋਂ ਚੱਲ ਕੇ ਸਾਡੇ ਕੋਲ ਇੰਟਰਵਿਊ ਲੈਣ ਆਏ ਹਨ, ਵੀ ਸਾਨੂੰ ਤੁਸੀਂ ਸੋਚ ਨਹੀਂ ਸਕਦੇ ਵੀ ਮਨੋ ਮਨੀ ਕਿੰਨੀ ਖੁਸ਼ੀ ਆ। ਬਾਕੀ ਅਸੀਂ ਕਿਸੇ ਨੂੰ ਮੈਸੇਜ ਤਾਂ ਨਹੀਂ ਦੇ ਸਕਦੇ, ਪਰ ਇਹ ਜ਼ਰੂਰ ਕਹਿ ਸਕਦੇ ਹਾਂ ਵੀ ਕਿਸੇ ਨੂੰ ਵੀ ਗਲਤ ਕਮੈਂਟ ਕਰਨ ਤੋਂ ਪਹਿਲਾਂ, ਕਿਸੇ ਨੂੰ ਵੀ ਕੋਈ ਫੋਲੋਵਰਸ ਨੂੰ ਪਹਿਲਾਂ ਕਹਿਣਾ ਚਾਹੁੰਦਾ ਵੀ ਆਪਣੇ ਫੈਮਿਲੀ ਵੱਲ ਵੀ ਦੇਖੋ ਵੀ ਸਾਡੇ ਵੀ ਘਰੇ ਧੀਆਂ ਭੈਣਾਂ ਹੈਗੀਆਂ। ਬਾਕੀ ਜਿਹੜੇ ਬਲੌਗਰ ਹੁੰਦੇ ਆ ਵੀ ਕਈ ਵੇਲੇ ਹੁਣ ਦੇਖ ਲਓ ਜਿੱਦਾਂ ਸਿੱਧੂ ਨਾਲ ਆਹ ਘਟਨਾ ਹੋਈ ਆ, ਉੱਥੇ ਕਈ ਆਪਣੇ ਫੇਮ ਲੈਣ ਲਈ ਬੰਦੇ ਬਲੌਗ ਬਣਾਉਣ ਲਈ ਉੱਥੇ, ਮੈਂ ਚਾਹੁੰਦਾ ਵੀ ਇੱਦਾਂ ਦੇ ਕੰਮ ਉੱਥੇ ਨਾ ਹੋਣ, ਕਿਉਂਕਿ ਉਹਨਾਂ ਦੇ ਮਾਂ ਪਿਓ 'ਤੇ ਸੋਚੋ ਵੀ ਕੀ ਬੀਤ ਰਹੀ ਆ ਜਦੋਂ ਉਹਨਾਂ ਦੇ ਜਵਾਨ ਬੇਟਾ ਘਰੋਂ ਚੱਲ ਜਾਣਾ, ਅਤੇ ਉੱਥੇ ਜਾ ਕੇ ਮੈਂ ਕਈ ਉਹਨਾਂ ਦੇ ਸਪੋਰਟਰ ਹੀ ਦੇਖੇ ਜਿਹੜੇ ਹੱਸ ਹੱਸ ਕੇ ਵੀਡੀਓ ਬਣਾਉਂਦੇ ਸੀ, ਜਾਂ ਵਿਊ ਜਾਂ ਲਾਈਕ ਲੈਣ ਲਈ ਤੁਹਾਨੂੰ ਪਤਾ ਉੱਥੇ ਸਾਰੇ ਜਾਂਦੇ ਆ, ਪਰ ਮੈਨੂੰ ਨਹੀਂ ਲੱਗਦਾ ਬਹੁਤ ਘੱਟ ਲੋਕਾਂ ਨੂੰ ਦੁੱਖ ਹੋਣਾ ਵੀ ਜਿਨ੍ਹਾਂ ਨੇ ਇਹ ਸੋਚਿਆ ਹੋਊ ਵੀ ਉਹਦੇ ਮਾਂ ਪਿਓ 'ਤੇ ਕੀ ਬੀਤ ਰਹੀ ਆ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ ਤੁਸੀਂ ਟਾਈਮ ਦਿੱਤਾ ਸਾਨੂੰ। ਹਾਂਜੀ, ਥੈਂਕ ਯੂ ਜੀ ਸੋ ਮਚ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸੋ ਜੀ, ਬੜੀ ਕਿਊਟ ਜਿਹੀ ਫੈਮਿਲੀ ਆ, ਤੁਸੀਂ ਬਹੁਤ ਜ਼ਿਆਦਾ ਪਿਆਰ ਵੀ ਇਹਨਾਂ ਨੂੰ ਦਿੰਦੇ ਹੋ, ਅਤੇ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਇੱਦਾਂ ਹੀ ਪਿਆਰ ਤੁਸੀਂ ਇਹਨਾਂ ਨੂੰ ਦਿੰਦੇ ਰਹੋ, ਅਤੇ ਇਹ ਇਸੇ ਤਰੀਕੇ ਦੇ ਨਾਲ ਮਿਹਨਤ ਕਰਦੇ ਰਹਿਣ, ਅਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਦੇਖਦੇ ਰਹੋ ਸਾਡੇ ਚੈਨਲ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।